ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾਲ ਤੇ ਬਿਰਧ ਮਾਤਾ ਉਹਨਾਂ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ। ਸਾਹਿਬਜ਼ਾਦੇ ਮਾਤਾ ਜੀ ਦੇ ਕੋਲ ਬੈਠੇ ਨੇ, ਮਾਤਾ ਨੇ ਫਿਰ ਗੱਲ ਤੋਰ ਲਈ, ਕਹਿਣ ਲੱਗੇ ਲਾਲ ਜੀ ਉਹ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ। ਲਾਲ ਜੀ ਕੋਈ ਕਹਿੰਦਾ ਦਾਨੀ ਰੱਖਦੇ ਨੇ ਕੌਮਾਂ ਨੂੰ ਕਾਇਮ, ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ, ਉਹ ਕਿਸੇ ਆਖਿਆ ਕੌਮਾਂ ਨੂੰ ਕਾਇਮ ਰੱਖਣ ਉੱਚੇ ਦੱਸੇ ਹੋਏ ਗਿਆਨ ਗਿਆਨੀਆਂ ਦੇ, ਕਿਸੇ ਤਾਕਤ ਤਲਵਾਰ ਨੂੰ ਮੁੱਖ ਦੱਸਿਆ ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ। ਉਹ ਭਾਵੇਂ ਸਾਰੀਆਂ ਹੀ ਗੱਲਾਂ ਚੰਗੀਆਂ ਨੇ, ਚੰਗੇ ਗੁਣ ਨੇ, ਚੰਗੀਆਂ ਨਿਸ਼ਾਨੀਆਂ ਦੇ, ਪਰ ਤੱਕ ਸਿਆਣਿਆਂ ਕੱਢ ਆਇਓ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ। ਕੁਰਬਾਨੀ ਤੋਂ ਬਿਨਾਂ ਕੋਈ ਕੌਮ ਜਿਉਂਦੀ ਨਹੀਂ ਰਹਿ ਸਕਦੀ। ਮਤਾਂ ਕੋਈ ਭੁਲੇਖਾ ਖਾ ਜਾਏ, ਇਹ ਜਿਹੜੇ ਉੱਚੇ ਉੱਚੇ ਨਿਸ਼ਾਨ ਸਾਹਿਬ ਸਾਰੇ ਵਰਲਡ ਦੇ ਵਿੱਚ ਝੂਲਦੇ ਨੇ ਨਾ, ਉਹ ਕਿਤੇ ਕਿਸੇ ਨੂੰ ਭੁਲੇਖਾ ਨਾ ਹੋਵੇ। ਕੋਈ ਆਂਦਾ ਮੈਂ 5 ਲੱਖ ਲਾ ਕੇ ਨਿਸ਼ਾਨ ਸਾਹਿਬ ਝੁਲਾਇਆ, ਕੋਈ ਜ਼ਿਆਦਾ ਕਹਿੰਦਾ, ਕੋਈ ਘੱਟ ਕਹਿੰਦਾ, ਪਰ ਪਿਆਰਿਓ ਯਾਦ ਰੱਖਿਓ ਐਵੇਂ ਨਹੀਂ ਝੂਲਦੇ। ਕਿਸੇ ਹੋਰ ਮੁਲਕਾਂ ਦੇ ਅੰਦਰ ਹੋਰ ਲੋਕਾਂ ਦੇ ਇਸ ਤਰ੍ਹਾਂ ਝੰਡੇ ਨਾ ਝੂਲਦੇ ਜਿਸ ਤਰ੍ਹਾਂ ਗੁਰੂ ਕੇ ਖਾਲਸੇ ਦੇ ਝੂਲਦੇ ਨੇ। ਕਾਰਨ ਕੀ ਹੈ? ਯਾਦ ਰੱਖਿਓ ਸਦੀਆਂ ਤੱਕ ਉਹੀਓ ਝੰਡੇ ਝੂਲਦੇ ਆ, ਉਹੀਓ ਪਰਚਮ ਆਕਾਸ਼ ਦੇ ਫੜਕਦੇ ਨੇ, ਉਹ ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਹੈ, ਜਿਸ ਵਿੱਚ ਦਿਲ ਸ਼ਹੀਦਾਂ ਦੇ ਧੜਕਦੇ ਨੇ, ਉਹ ਕੌਮਾਂ ਤਰੱਕੀਆਂ ਕਰਦੀਆਂ। ਉਹ ਸਦਾ ਕਾਮਯਾਬੀ ਚੁੰਮੇ ਪੈ ਰਹੇ ਉਹਦੇ ਜਿਹੜੀ ਕੌਮ ਨੂੰ ਮਰਨ ਦਾ ਚੱਲ ਪੈ ਜਾਏ, ਉਹ ਪੈਂਦਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾ ਤੇ ਭਾਵੇਂ ਕੱਲ ਪੈ ਜਾਏ। ਦਿੱਤਾ ਖੂਨ ਸ਼ਹੀਦਾਂ ਜਿਹੜਾ, ਇਹਦਾ ਤੁਪਕਾ ਜਾਇਆ ਜਾ ਨਹੀਂ ਸਕਦਾ, ਉਹ ਦੱਬ ਸਕਦਾ ਹੈ ਉਹ ਹਿਮਾਲਾ, ਪਰ ਸਿੱਖ ਦਬਾਇਆ ਜਾ ਨਹੀਂ ਸਕਦਾ। ਇਹਨੂੰ ਦਬਾਉਂਦੇ ਕਈ ਦੱਬ ਗਏ, ਕਈ ਧਰਤੀ ਤੋਂ ਤੁਰ ਗਏ, ਕਈਆਂ ਨੇ ਯਤਨ ਕੀਤਾ, ਸਿੱਖ ਕੌਮ ਦੀਆਂ ਜਗਦੀਆਂ ਜੋਤਾਂ ਬੁਝਾ ਦਈਏ, ਪਰ ਵੱਡਿਆਂ ਵੱਡਿਆਂ ਦੀਆਂ ਜੋਤਾਂ ਗੁਰੂ ਕਾ ਖਾਲਸਾ ਬਿਠਾਉਂਦਾ ਰਿਹਾ। ਇਹ ਗੁਰੂ ਕਾ ਖਾਲਸਾ ਕਿਸੇ ਉੱਤੇ ਵਾਧੀ ਨਹੀਂ ਕਰਦਾ, ਪਰ ਕੋਈ ਜੇ ਬਿਨਾਂ ਮਤਲਬ ਹੀ ਸਿੱਖ ਧਰਮ ਦੇ ਉੱਤੇ ਵਾਧੀ ਕਰੀ ਜਾਵੇ ਤੇ ਫਿਰ ਉਹੋ ਜਿਹਿਆਂ ਨੂੰ ਉਹ ਆਪਣੇ ਮੌਤੇ ਨਹੀਂ ਮਰਦੇ, ਗੁਰੂ ਕੇ ਲਾਲ ਹੀ ਗੱਡੀ ਚਾੜਦੇ ਆ। ਖੈਰ ਪਿਆਰਿਓ, ਰਾਤ ਗੁਜ਼ਰਦੀ ਜਾ ਰਹੀ, ਅੰਮ੍ਰਿਤ ਵੇਲਾ ਹੋ ਗਿਆ। ਫਿਰ ਉਸੇ ਤਰ੍ਹਾਂ ਮਾਤਾ ਨੇ ਬੱਚਿਆਂ ਨੂੰ ਤਿਆਰ ਕੀਤਾ, ਹੱਥੀਂ ਤਿਆਰ ਕਰ ਦਿੱਤਾ ਤੇ ਹੁਣ ਸਾਹਿਬਜ਼ਾਦੇ ਕਚਹਿਰੀ ਵੱਲੋਂ ਚੱਲੇ ਨੇ ਤੇ ਤੁਰਨ ਲੱਗੇ ਨਾ, ਦਾਦੀ ਮਾਂ ਨੇ ਮੁਖੜੇ ਚੁੰਮੇ, ਘੁੱਟ ਕੇ ਗਲਵੱਕੜੀ ਪਾਈ, ਜਾਣਦੀ ਏ ਅੱਗੇ ਤੇ ਜਾ ਕੇ ਮੁੜੇ ਆਉਂਦੇ ਸੀ, ਅੱਜ ਗਿਆ ਨੇ ਮੁੜਨਾ ਨਹੀਂ, ਅੱਜ ਚਲੇ ਜਾਣਾ ਇਹਨਾਂ ਨੇ, ਅੱਜ ਮੁੜ ਕੇ ਇਹਨਾਂ ਨੇ ਬੁੱਢੀ ਮਾਂ ਕੋਲ ਨਹੀਂ ਆਉਣਾ, ਇਹਨਾਂ ਮੇਰੇ ਕੋਲ ਨਹੀਂ ਅੱਜ ਆਉਣਾ, ਮੇਰੇ ਗੋਬਿੰਦ ਦੇ ਲਾਲ ਨੇ, ਮੇਰੇ ਲਾਲ ਦੇ ਲਾਲ ਨੇ, ਇਹਨਾਂ ਨੂੰ ਪਿਆਰ ਤੇ ਕਰਾਂ, ਗਲਵੱਕੜੀ ਵਿੱਚ ਲਿਆ, ਜਾਓ ਮੇਰੇ ਬੱਚਿਓ, ਜਾਓ ਜਾਓ ਸੋਹਣਿਓ ਜਾਓ, ਓਏ ਦਾਦੇ ਵਾਂਗੂ ਤੁਸੀਂ ਵੀ ਸਿਦਕ ਨਿਭਾਓ ਬੱਚਿਓ। ਮੈਂ ਅੱਜ ਕੁਝ ਹੋਰ ਨਹੀਂ ਕਹਿਣਾ, ਬਸ ਇੰਨੀ ਗੱਲ ਯਾਦ ਰੱਖਿਓ, ਪੁੱਤਰ ਕਹਿ ਦਿਓ, ਪੋਤੇ ਕਹਿ ਦਿਓ ਤੇ ਪੜਪੋਤੇ ਕਹਿ ਦਿਓ, ਇਹ ਗੱਲ ਚੇਤੇ ਰੱਖਿਓ, ਹੋਰ ਨਹੀਂ ਮੈਂ ਕੁਝ ਕਹਿਣਾ। ਸਾਹਿਬਜ਼ਾਦੇ ਕਹਿੰਦੇ ਧੰਨ ਭਾਗ
ਹਮਾਰੇ ਹੈ ਮਾਈ ਧਰਮ ਹੇਤ ਤਨ ਜੇਕਰ ਜਾਈ। ਸਾਡੇ ਵੱਡੇ ਭਾਗ ਹੋਣਗੇ ਧਰਮ ਲਈ ਸਰੀਰ ਲੇਖੇ ਵਿੱਚ ਲੱਗ ਜਾਣ। ਦੋਵੇਂ ਤੁਰ ਪਏ, ਜਦੋਂ ਥੋੜੇ ਜਿਹੇ ਦੂਰ ਗਏ ਨਾ ਇੱਕਦਮ ਮੁੜ ਕੇ ਆ ਗਏ ਬਾਬਾ ਫਤਿਹ ਸਿੰਘ ਜੀ। ਮਾਤਾ ਗੁਜਰੀ ਜੀ ਨੂੰ ਚੁੰਬੜ ਗਏ, ਮਾਂ ਗੁਜਰੀ ਦਾ ਰੁੱਗ ਭਰਿਆ ਗਿਆ, ਕਲੇਜੇ ਦਾ ਦਿਲ ਦਾ ਰੁੱਗ ਭਰਿਆ ਗਿਆ ਵੀ ਪਤਾ ਨਹੀਂ ਫਤਿਹ ਸਿੰਘ ਕਿਤੇ ਡੋਲ ਗਿਆ। ਮਾਂ ਕਹਿੰਦੀ ਫਤਿਹ ਸਿੰਘ ਆ ਬੱਚਿਆ ਕੀ ਹੋਇਆ ਈ, ਪਛਾਣ ਕਿਉਂ ਭੱਜ ਕੇ ਆਇਆ, ਕਿਤੇ ਡੋਲ ਤੇ ਨਹੀਂ ਗਿਆ। ਕਹਿਣ ਲੱਗਾ ਨਹੀਂ ਮਾਂ, ਉਹ ਤੇਰਾ ਫਤਿਹ ਸਿੰਘ ਏਦਾਂ ਨਹੀਂ ਡੋਲ ਸਕਦਾ, ਮਾਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ, ਪਰ ਅੰਮੀਏ ਮੈਂ ਤੇਰੇ ਕੋਲੋਂ ਇੱਕ ਗੱਲ ਪੁੱਛਣ ਲਈ ਆਇਆ ਹਾਂ। ਮਾਤਾ ਜੀ ਕਹਿੰਦੇ ਛੇਤੀ ਪੁੱਛ, ਕੀ ਪੁੱਛਣਾ? ਕਹਿਣ ਲੱਗਾ ਮਾਂ ਅਸੀਂ ਪਹਿਲੇ ਦਿਨ ਗਏ ਨਾ ਤੇ ਆਪ ਜੀ ਨੇ ਉਸ ਦਿਨ ਵੀ ਆਖਿਆ ਜਾਓ ਮੇਰੇ ਸੋਹਣਿਓ ਤੁਹਾਡੀ ਮਾਂ ਬੈਠੀ ਉਡੀਕੇਗੀ, ਮੇਰੇ ਬੱਚਿਓ ਜ਼ਾਲਮ ਨੂੰ ਖਰੀਆਂ ਖਰੀਆਂ ਸੁਣਾ ਕੇ ਆਇਓ। ਅੰਮੀਏ ਦੂਜੇ ਦਿਨ ਵੀ ਆਖਿਆ, ਪਰ ਮਾਂ ਦੋ ਦਿਨ ਤੇ ਤੂੰ ਕਹਿੰਦੀ ਰਹੀ, ਅੱਜ ਕਿਉਂ ਨਹੀਂ ਆਖਿਆ ਵੀ ਫਤਿਹ ਸਿਆ ਤੂੰ ਮੁੜ ਕੇ ਆ ਜੀ, ਮੈਂ ਤੈਨੂੰ ਇੱਥੇ ਉਡੀਕਾਂਗੀ, ਮਾਂ ਤੇ ਅੱਜ ਨਹੀਂ ਸਾਨੂੰ ਉਡੀਕਣਾ। ਜਦੋਂ ਸਾਹਿਬਜ਼ਾਦਿਆਂ ਨੇ ਗੱਲ ਆਖੀ ਨਾ, ਮਾਤਾ ਨੇ ਘੁੱਟ ਕੇ ਗਲਵੱਕੜੀ ਪਾ ਲਈ, ਕਹਿੰਦੀ ਫਤਿਹ ਸਿੰਘ ਆ ਮੇਰੇ ਸੋਹਣਿਆ, ਅੱਗੇ ਦੋ ਦਿਨ ਉਡੀਕਣ ਦੀ ਵਾਰੀ ਮੇਰੀ ਸੀ, ਓਏ ਅੱਜ ਬੁੱਢੀ ਮਾਂ ਨੇ ਨਹੀਂ ਉਡੀਕਣਾ, ਅੱਜ ਤੁਹਾਡਾ ਦਾਦਾ ਉਡੀਕਦਾ, ਸੱਚਖੰਡ ਵਿੱਚ ਬੈਠਾ ਤੁਸੀਂ ਦਾਦੇ ਕੋਲ ਚਲੇ ਜਾਣਾ। ਅੱਜ ਮੈਂ ਨਹੀਂ ਉਡੀਕਣਾ, ਅੱਜ ਤੁਹਾਡਾ ਦਾਦਾ ਉਡੀਕਦਾ, ਤੁਸੀਂ ਚੱਲੋ ਮੈਂ ਵੀ ਮਗਰ ਹੀ ਆਉਂਦੇ ਹਾਂ। ਉਹ ਤੁਰ ਪਏ ਦੋਨੋਂ ਲਾਡਲੇ, ਝੱਟ ਫਤਿਹ ਬੁਲਾ ਕੇ ਵਾਰ ਆਖਰੀ ਮਾਂ ਦੇ ਚਰਨੀ ਹੱਥ ਲਾ ਕੇ ਥੋੜਾ ਅੱਗਿਓਂ ਪਰਤ ਕੇ ਬੋਲੇ ਮੁਸਕਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਪਰ ਨਾਮ ਹੀ ਅੰਮੀਏ ਬਹੁਤਾ ਚਿਰ ਲਾ ਕੇ ਥੱਕ ਨਾ ਜਾਈਏ ਮਾਂ ਜੀ, ਅਸੀਂ ਉਮਸੀਆਂ ਪਾ ਕੇ। ਤੇ ਮਾਂ ਪਤਾ ਕੀ ਕਹਿੰਦੀ, ਕਹਿੰਦੀ ਚੱਲੋ ਮੇਰੇ ਸੋਹਣਿਓ ਮੈਂ ਮਗਰ ਹੀ ਆਵਾਂ। ਉਹ ਪੁੱਤਾਂ ਬਾਜ ਕਦ ਸੋਹਦੀਆਂ ਜੱਗ ਅੰਦਰ ਮਾਮਾ, ਮਾਮਾ ਬੱਚਿਆਂ ਬਿਨਾਂ ਨਹੀਂ ਜਿਉਂਦੀਆਂ ਰਹਿ ਸਕਦੀਆਂ, ਤੁਸੀਂ ਚੱਲੋ ਮੈਂ ਵੀ ਆਉਣੀ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ, ਲਓ ਜੀ ਆਖਰੀ ਵਾਰ ਮਾਤਾ ਗੁਜਰੀ ਦੇ ਚਰਨਾਂ ਤੇ ਟੇਕ ਕੇ ਮੱਥਾ, ਜ਼ਾਲਮ ਸੂਬੇ ਦੀ ਕਚਹਿਰੀ ਵੱਲ ਨੂੰ ਇਉਂ ਜਾ ਰਹੇ ਨੇ।
ਦੀ ਬਲਕ ਚਾਰੀ ਤੋਰ ਲੱਗੀ ਪੁੱਤ ਨੂੰ ਓ ਦਾਦੀ ਬਲਕ ਚਾਰੀ ਤੋਰ ਲੱਗੀ ਪੁੱਤ ਨੂੰ ਹੁਣ ਮੱਥੇ ਚੁੰਮ ਨਾ ਲਾ ਦੇ ਕੋਟਕਲੇ ਜੇ ਲਾਵੇ
ਤੋਰੀ ਕੇ ਬਾਲਾਂ ਨੂੰ ਓ ਮੋਰਾ ਬਾਲੀਆ ਮਾਤਾ ਗੁਜਰੀ ਤੋਰੀ ਕੇ ਬਾਲਾਂ ਨੂੰ ਓ ਠੰਡੇ ਬੁਰਜ 'ਚ ਬੈਠੀਆ ਠੰਡੇ ਬੁਰਜ 'ਚ ਬੈਠੀ ਓ ਰੱਬ ਦਾ ਸ਼ੁਕਰ ਮਨਾਵੇ ਸ਼ੁਕਰ ਮਨਾਵੇ ਓ ਠੰਡੇ ਬੁਰਜ 'ਚ ਬੈਠੀ ਰੱਬ ਦਾ ਸ਼ੁਕਰ ਮਨਾਵੇ ਓ ਠੰਡੇ ਬੁਰਜ 'ਚ ਬੈਠੀ ਰੱਬ ਦਾ ਸ਼ੁਕਰ ਮਨਾਵੇ ਪਿਆਰਿਓ ਬੱਚੇ ਤੋਰ ਦਿੱਤੇ ਮਾਂ ਨੇ ਸਾਹਿਬਜ਼ਾਦੇ ਜ਼ਾਲਮ ਸੂਬੇ ਦੀ ਕਚਹਿਰੀ ਵਿੱਚ ਫੇਰ ਦਾਖਲ ਹੋਏ ਨੇ ਫਿਰ ਉਹਨਾਂ ਨੇ ਗੱਜ ਕੇ ਜਕਾਰਾ ਲਾਇਆ ਤੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਫਤਿਹ ਬੁਲਾਈ ਨਾ ਸੂਬੇ ਨੇ ਮੂੰਹ ਵਿੱਚ ਉਂਗਲਾਂ ਪਾ ਲਈਆਂ ਤੇ ਉੱਥੇ ਬੜੇ ਬੈਠੇ ਸਨ ਲੋਕ ਇਹਦੇ ਬੜੇ ਬੜੇ ਜਰਨੈਲ ਇਹਦੇ ਵੱਡੇ ਵੱਡੇ ਤਕੜੇ ਸੂਰਵੀਰ ਜਿਹੜੇ ਖਪਾਉਂਦੇ ਸੀ ਉਹ ਯੋਧੇ ਤੇ ਵੱਡੇ ਵੱਡੇ ਵਜ਼ੀਰ ਸਾਰੇ ਜੀਵ ਦੰਦਾਂ ਥੱਲੇ ਦਿੰਦੇ ਨੇ ਵੀ ਪਤਾ ਨੀ ਕੀ ਹੈ ਇਹਨਾਂ ਨਿੱਕੇ ਨਿੱਕੇ ਬੱਚਿਆਂ ਵਿੱਚ ਭਰਿਆ ਹੋਇਆ ਇਹ ਜਿੰਨੀ ਵਾਰੀ ਆਏ ਨੇ ਗੱਜਦੇ ਹੀ ਰਹੇ ਨੇ ਹਰ ਕੋਈ ਕਹਿ ਰਿਹਾ ਸੀ ਕਲੀਆਂ ਤੋਂ ਸੋਹਣੇ ਨੇ ਇਹ ਸੋਹਣੇ ਬੜੇ ਲੱਗਦੇ ਨੇ ਇਹਨਾਂ ਦਾ ਸਰੂਪ ਬੜਾ ਸੋਹਣਾ ਹੈ ਕਲੀਆਂ ਤੋਂ ਸੋਹਣੇ ਨੇ ਡਾਢੇ ਮਨ ਮੋਹਣੇ ਨੇ ਉਹ ਪਏ ਪਿਆਰੇ ਲੱਗਦੇ ਨੇ ਹਰ ਦਿਲ ਨੂੰ ਠੱਗਦੇ ਨੇ ਡਰ ਮੌਤ ਦਾ ਲੱਗਦਾ ਨਹੀਂ ਦਸ਼ਮੇਸ਼ ਦੇ ਬੱਚਿਆਂ ਨੂੰ ਪਾਉਂਦੇ ਨੀ ਸੱਚੇ ਉਹਨਾਂ ਕੱਚਿਆਂ ਨੂੰ ਤਾਂ ਹੀ ਤੇ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਤੌਬਾ ਸੂਬਾ ਵੀ ਕਹਿ ਰਿਹਾ ਤੌਬਾ ਖਬਰੇ ਕੀ ਭਰਿਆ ਏ ਇਹਨਾਂ ਨਿੱਕਿਆਂ ਜੀਆਂ ਵਿੱਚ ਇਹਨੀ ਨੀ ਸਾਡੀ ਈਨ ਮੰਨਣੀ ਜਾਓ ਲੈ ਜਾਓ ਦੋਹਾਂ ਨੂੰ ਚਣਵਾ ਦਿਓ ਨੀਹਾਂ ਵਿੱਚ ਲੈ ਜਾਓ ਇਹ ਨੀ ਮੰਨਣ ਵਾਲੇ ਸ਼ੇਰ ਮੁਹੰਮਦ ਖਾਨ ਵਰਗਿਆਂ ਨੇ ਹਾਂ ਦੇ ਨਾਰੇ ਮਾਰੇ ਪਰ ਕਿਸੇ ਨੇ ਗੱਲ ਨਾ ਸੁਣੀ ਸੁੱਚਾ ਨੰਦ ਵਰਗਿਆਂ ਨੇ ਝੂਠੇ ਨੰਦੀਆਂ ਨੇ ਨਾ ਹੋਰ ਭੜਕਾਇਆ ਵਲਦੀ ਉੱਤੇ ਹੋਰ ਤੇਲ ਪਾਇਆ ਸੂਬਾ ਕਹਿੰਦਾ ਕਾਜ਼ੀ ਸਾਹਿਬ ਫਤਵਾ ਪਤਾ ਨੀ ਕਿੱਥੇ ਕਾਜ਼ੀ ਨੇ ਪੜ੍ਹ ਲਿਆ ਕੁਰਾਨ ਵਿੱਚ ਤੇ ਕਦੇ ਨੀ ਲਿਖਿਆ ਹੋਇਆ ਵੀ ਮਾਸੂਮ ਬੱਚਿਆਂ ਨੂੰ ਜ਼ਿਬਾ ਕਰਦੇ ਹੋ ਮਾਸੂਮ ਬੱਚਿਆਂ ਨੂੰ ਕੰਧਾਂ ਵਿੱਚ ਚਿਣਦੇ ਹੋ ਫਿਰ ਵੀ ਉਸਨੇ ਫਤਵਾ ਸੁਣਾ ਦਿੱਤਾ ਇਹ ਸਰਹੰਦ ਦੀ ਪੁਰਾਣੀ ਤਵਾਰੀਖ ਸੀ ਕਹਿੰਦੇ ਸਦਨੇ ਨੂੰ ਵੀ ਇਹਨਾਂ ਨੇ ਕੰਧ ਦੇ ਵਿੱਚ ਚਿਣ ਕੇ ਹੀ ਇਸੇ ਤਰ੍ਹਾਂ ਹੀ ਖਤਮ ਕੀਤਾ ਸੀ ਪਿਆਰਿਓ ਸਾਹਿਬਜ਼ਾਦਿਆਂ ਨੂੰ ਲੋਕ ਕੰਧ ਵਿੱਚ ਚਿਣ ਲੱਗੇ ਨੇ ਪਹਿਲਾਂ ਇੱਕ ਰਤਾ ਥੱਲੇ ਲੱਗਾ ਇੱਟਾਂ ਦਾ ਕਹਿੰਦੇ ਉੱਪਰ ਖੜੇ ਹੋਵੋ ਦੋਏ ਸਾਹਿਬਜ਼ਾਦੇ ਖੜ ਗਏ ਬਾਬਾ ਜ਼ੋਰਾਵਰ ਸਿੰਘ ਨੇ ਫਤਿਹ ਸਿੰਘ ਵੱਲ ਵੇਖਿਆ ਬਾਬੇ ਫਤਿਹ ਸਿੰਘ ਨੇ ਜ਼ੋਰਾਵਰ ਸਿੰਘ ਵੱਲ ਵੇਖਿਆ ਚੰਗੀ ਤਰ੍ਹਾਂ ਤਣ ਕੇ ਖੜ ਗਏ ਨੇ
ਜ਼ਾਲਮਾਂ ਨੇ ਪੈਰਾਂ ਉੱਤੇ ਰੱਖ ਕੇ ਇੱਟਾਂ ਚੰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਸ਼ਾਇਰ ਕਹਿੰਦਾ, ਛਾਲਾ ਫੁੱਟ ਪਵੇ ਉਹ ਫੁੱਟਣ ਜੋਗਿਆਂ ਨੂੰ, ਜਿਨ੍ਹਾਂ ਪਲ ਵਿੱਚ ਬਣਾਈ ਦੀਵਾਰ ਫੁੱਟ 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 ਉੱਤੇ ਫੁੱਟ ਫੁੱਟ ਫਰਕ ਛੱਡ ਕੇ ਉੱਤੇ ਖੜੇ ਕੀਤੇ ਹੋਣਹਾਰ ਫੁੱਟ 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 ਖੂਨ ਵਗਦਾ ਫੁੱਟੇ ਗੋਡਿਆਂ ਚੋਂ। ਜ਼ਾਲਮਾਂ ਨੇ ਗੋਡੇ ਵੀ ਤੇਸੀਆਂ ਮਾਰ ਕੇ ਛਾਂਗ ਦਿੱਤੇ। ਫੁੱਟ ਫੁੱਟ ਖੂਨ ਵਗਦਾ ਫੁੱਟੇ ਗੋਡਿਆਂ ਚੋਂ, ਵੇਖਣ ਵਾਲੜੇ ਰੋਣ ਨਰ ਨਾਰ ਫੁੱਟ ਫੁੱਟ। ਅੰਤ ਫੁੱਟ ਗਈ ਸਾਰੀ ਦੀਵਾਰ ਫੁੱਟ ਫੁੱਟ, ਐ ਪਰ ਫੁੱਟੇ ਨਾ ਉਹ ਹੋਣ ਹਾਰ ਫੁੱਟ ਫੁੱਟ। ਕਤਲ ਕਰਨ ਵੇਲੇ ਜਦੋਂ ਕਿਹਾ ਕਾਤਲ ਦੱਸੋ ਆਖਰੀ ਖਾਹਿਸ਼, ਕੋਈ ਤਮੰਨਾ, ਕੋਈ ਸੱਦਰ, ਕੋਈ ਦਿਲ ਦੇ ਵਿੱਚ ਇਹੋ ਜਿਹਾ ਖਿਆਲ ਤੇ ਨਹੀਂ ਜੋ ਚਾਹੁੰਦੇ ਹੋਵੋ ਕਿ ਪੂਰਾ ਹੋ ਜਾਏ। ਕਤਲ ਕਰਨ ਵੇਲੇ ਜਦੋਂ ਕਿਹਾ ਕਾਤਲ ਦੱਸੋ ਆਖਰੀ ਖਾਹਿਸ਼, ਧਿਆਨ ਦੇ ਕੇ ਉਹ ਲੱਗੇ ਕਹਿਣ, ਕਹਿ ਦਿਓ ਮਾਤਾ ਫੁੱਟੜੀ ਨੂੰ ਨੀ ਤੁਰ ਗਏ ਲਾਲ, ਤੇਰੇ ਇਮਤਿਹਾਨ ਦੇ ਕੇ ਹੋਰ ਨੀ ਕੁਝ। ਉਹ ਕੋਈ ਜਾ ਕੇ ਸਾਡੀ ਮਾਂ ਨੂੰ ਕਹਿ ਦਿਓ, ਵੱਡੀ ਮਾਂ ਉਡੀਕਦੀ ਏ, ਉਹਨੂੰ ਕਹਿ ਦਿਓ ਨਾ ਉਡੀਕੀ ਦਾਦੀਏ ਅਸੀਂ ਹੁਣ ਨੀ ਆਉਣਾ। ਕੋਈ ਇਹ ਸੁਨੇਹਾ ਦੇ ਦਿਓ ਸਾਡਾ ਜਾ ਕੇ, ਹੋਰ ਕੁਝ ਨੀ ਸਾਨੂੰ ਚਾਹੀਦਾ। ਇਤਿਹਾਸਕਾਰ ਕਹੀ ਤੇ ਕਹਿੰਦੇ ਤੇਗ ਮਾਰ ਕੇ ਸਿਰ ਕੱਟੇ, ਪਰ ਕੁਝ ਇਤਿਹਾਸਕਾਰ ਕਹਿੰਦੇ ਨੇ ਜ਼ਿਬਾ ਕੀਤਾ ਗਿਆ ਸਾਹਿਬਜ਼ਾਦਿਆਂ ਨੂੰ। ਗਰਦਨਾਂ ਦੇ ਉੱਤੇ ਹੌਲੀ ਹੌਲੀ ਛੁਰੀਆਂ ਚਲਾਈਆਂ ਗਈਆਂ ਹੌਲੀ ਹੌਲੀ। ਬੜਾ ਮੁਸਲਮਾਨੀ ਮਾਤਾ 'ਚ ਵੀ ਵੇਖਿਓ, ਉਹਨਾਂ ਨੇ ਕਈ ਅੰਗਰੇਜ਼ ਇਸ ਤਰ੍ਹਾਂ ਜ਼ਿਬਾ ਕਰਕੇ ਮਾਰੇ ਨੇ, ਉਹ ਵੀਡੀਓ ਆਮ ਮਿਲ ਜਾਂਦੀਆਂ ਨੇ। ਤੇ ਹੌਲੀ ਹੌਲੀ ਛੁਰੀ ਚਲਾ ਕੇ ਨਾ ਸਾਹਿਬਜ਼ਾਦਿਆਂ ਨੂੰ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ। ਇਹ ਖਬਰ ਦੱਸਣ ਲਈ ਤੁਰਿਆ ਮੋਤੀ ਰਾਮ ਮਹਿਰਾ, ਤੁਰਿਆ ਜਾਂਦਾ ਠੇਡਾ ਵੱਜਦਾ ਡਿੱਗ ਪੈਂਦਾ, ਤੁਰਿਆ ਹੀ ਨਹੀਂ ਜਾ ਰਿਹਾ, ਫੇਰ ਉੱਠਦਾ। ਦੂਰ ਖੜੀ ਮਾਂ ਦਿਸੀਏ, ਜ਼ੋਰ ਦੀ ਆਵਾਜ਼ ਮਾਰੀਏ, ਮਾਂ ਤੂੰ ਕਿੰਨਾ ਨੂੰ ਬੈਠੀ ਉਡੀਕਦੀ ਏ, ਮਾਂ ਤੂੰ ਕਿੰਨਾ ਦੀਆਂ ਇੰਤਜ਼ਾਰਾਂ ਕਰਦੀ ਏ, ਮਾਂ ਕਿੰਨਾ ਨੂੰ ਬੈਠੀ ਉਡੀਕਦੀ ਏ, ਨੀ ਤੇਰੇ ਲਾਲ ਦੇ ਲਾਲ ਪਿਆਰੇ ਤੁਰ ਗਏ, ਤੇਰੇ ਜਿਗਰ ਦੇ ਟੁਕੜੇ ਦੇ ਦੋ ਟੁਕੜੇ, ਤੇਰੀਆਂ ਅੱਖੀਆਂ ਦੇ ਤਾਰੇ ਤੁਰ ਗਏ, ਮਾਂ ਉਹ ਸੱਚਖੰਡ ਚਲੇ ਗਏ ਨੇ ਅੰਮੀਏ। ਪਰ ਜੋ ਕੁਝ ਕਰ ਗਏ ਕੋਈ ਮਾਂ ਦਾ ਪੁੱਤ ਕਰ ਨਹੀਂ ਸਕਿਆ ਤੇ ਨਾ ਕੋਈ ਕਰ ਸਕੇਗਾ। ਮੋਤੀ ਰਾਮ, ਮੋਤੀ ਸੱਚ ਆ ਸ਼ਹੀਦ ਹੋ ਗਏ, ਉਹ ਕੁਰਬਾਨੀ ਦੇਗਾ, ਕਿਤੇ ਧਰਮ ਨੂੰ ਬੱਟਾ ਲਾਇਆ ਨਹੀਂ ਨੇ ਮਾਂ, ਨਹੀਂ ਉਹ ਮਾਸੂਮ ਸਨ, ਉਹ ਲਾਲ ਸਨ ਮੇਰੇ ਗੋਬਿੰਦ ਦੇ, ਪਰ ਮਾਸੂਮ ਸਨ, ਚਿੱਤ ਡੁਲਾਇਆ ਨਹੀਂ ਨੇ ਮਾਂ, ਨਹੀਂ। ਕਹਿਣ ਲੱਗੀ ਮੈਂ ਹੈਰਾਨ ਹਾਂ ਉਹ ਇਕੱਲੇ ਕਿਉਂ ਚਲੇ ਗਏ ਨੇ, ਬੁੱਢੀ ਮਾਂ ਨੂੰ ਸਾਥ ਰਲਾਇਆ ਨਹੀਂ ਨੇ, ਕਹਿੰਦੇ ਸੀ ਇਕੱਠੇ ਜਾਵਾਂਗੇ, ਇਕੱਲੇ ਚਲੇ ਗਏ ਨੇ। ਮੋਤੀ ਮੇਰੇ ਕੋਲ ਸਮਾਂ ਨਹੀਂ, ਮੋਤੀਆ ਜਲਦੀ ਕਰ, ਉਹਨਾਂ ਦੇ ਨਾਲ ਜੋ ਬੀਤੀ ਉਹ ਮੈਨੂੰ ਛੇਤੀ ਦੱਸ, ਮੈਂ ਉਹਨਾਂ ਦੀ ਸ਼ਹੀਦੀ
ਸੁਣਨ ਦੇ ਲਈ ਰੁਕੀ ਹੋਈਆਂ। ਮੋਤੀ ਰਾਮ ਮਹਿਰਾ ਨਾਲੇ ਧਾਹਾਂ ਮਾਰੀ ਜਾਂਦਾ, ਨਾਲੇ ਰੋਈ ਜਾਂਦਾ, ਤੇ ਨਾਲੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਜਿਵੇਂ ਮਾਂ ਗੁਜਰੀ ਨੂੰ ਸੁਣਾਉਂਦਾ, ਉਸ ਵੇਲੇ ਦਾ ਉਹ ਦਰਦਨਾਕ ਦ੍ਰਿਸ਼ ਮੇਰੇ ਵੀਰ ਜਰਨੈਲ ਸਿੰਘ ਗਿੱਲ ਸਰੰਗੀ ਮਾਸਟਰ, ਵੀਰ ਜਸਵੰਤ ਸਿੰਘ ਕਮਲ ਸਰੀ, ਗੁਰਜੀਤ ਸਿੰਘ ਗੌਰੀ ਉਸ ਸੀਨ ਨੂੰ ਇਉਂ ਖਿੱਚਦੇ ਨੇ।
ਦਾਦੇ ਦੀ ਸੋਣਾ ਜਾ ਕੇ ਕਹਿ ਦਿਓ ਦਾਦੀ ਨੂੰ ਸਾਡੇ ਸੱਚਖੰਡ ਦੇ ਵਿੱਚ ਡੇਰੇ ਚਿਣਤੇ ਵਿੱਚ ਨੀ ਹਾਦੇ ਛੋਟੇ ਲਾਲ ਅੰਬੜੀਏ ਤੇਰੇ ਚਿਣਤੇ ਵਿੱਚ ਨੀ ਹਾਦੇ ਛੋਟੇ ਲਾਲ ਅੰਬੜੀਏ ਤੇਰੇ ਸ਼ਹੀਦੀਆਂ ਪਾ ਗਏ ਚੰਗਾ ਫਿਰ ਮੈਂ ਵੀ ਚੱਲਦੀਆਂ ਮੈਨੂੰ ਉਡੀਕਦੇ ਹੋਣਗੇ ਹੰਸ ਮਾਨ ਸਰੋਵਰ ਤੋਂ ਉੱਡਿਆ ਸੀ ਮਗਰ ਹੰਸਾਂ ਦੇ ਹੰਸਾਂ ਦੀ ਛਾਂ ਚੱਲੀ ਸੀਤਲ ਧਰਮ ਦੇ ਹੇਤ ਸਰੀਰ ਤਜਿਆ ਮਗਰ ਪੁੱਤਾਂ ਦੇ ਪੁੱਤਾਂ ਦੀ ਮਾਂ ਚੱਲੀ ਮਾਤਾ ਜੀ ਵੀ ਸੱਚਖੰਡ ਚਲੇ ਗਏ ਪਰ ਸਾਹਿਬਜ਼ਾਦੇ ਇਸ ਸ਼ਹਿਰ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਐਲਾਨ ਕਰ ਗਿਆ ਸੀ ਕਿ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚੱਲੇ
ਕਹਿੰਦੇ ਅਸੀਂ ਸਿੱਖ ਰਾਜ ਦੀਆਂ ਨੀਹਾਂ ਖੜੀਆਂ ਕਰਕੇ ਚੱਲੇ ਆ। ਇਹ ਸਿੱਖ ਰਾਜ ਦੀਆਂ ਨੀਹਾਂ ਨੇ ਅਟਲ ਸੱਚਾਈ ਹੈ। ਆ ਕੌਮ ਦੀਆਂ ਨੀਹਾਂ ਕਦੇ ਪੱਕੀਆਂ ਨਾ ਹੁੰਦੀਆਂ ਜੇ ਇੱਥੇ ਨੀਹਾਂ ਵਿੱਚ ਚਣੇ ਦੁਲਾਰੇ ਨਾ ਹੁੰਦੇ। ਕੌਮ ਦੀਆਂ ਨੀਹਾਂ ਕਦੇ ਪੱਕੀਆਂ ਨਾ ਹੁੰਦੀਆਂ ਜੇ ਨੀਹਾਂ ਵਿੱਚ ਚਿਣੇ ਦੁਲਾਰੇ ਨਾ ਹੁੰਦੇ। ਉਹ ਮੰਦਰ ਸ਼ਿਵਾਲਿਆਂ ਚ ਬੱਜਦੇ ਨਾ ਛੇਣੇ ਜੇ ਬੱਚੇ ਰਣਜੀਤ ਨਕਾਰੇ ਨਾ ਹੁੰਦੇ। ਹਿੰਦੀ ਨਾ ਹੁੰਦੀ, ਹਿੰਦੂ ਨਾ ਹੁੰਦੇ, ਹਿੰਦੁਸਤਾਨੀ ਅੱਜ ਸਾਰੇ ਨਾ ਹੁੰਦੇ। ਇਹ ਭਾਰਤ ਦੇ ਮੁਖੜੇ ਤੇ ਹੁੰਦੀ ਨਾ ਲਾਲੀ ਜੇ ਗੁਰਾਂ ਭਾਰਤ ਤੋਂ ਚਾਰੀ ਪੁੱਤ ਬਾਰੇ ਨਾ ਹੁੰਦੇ। ਇਹ ਸੱਚ ਹੈ ਸਾਹਿਬਜ਼ਾਦੇ ਗੱਲ ਕਹਿ ਕੇ ਪਿਆਰਿਓ ਇਸ ਧਰਤੀ ਤੇ ਗਏ ਤੇ ਇਸ ਧਰਤੀ ਤੇ ਹੀ ਪਹਿਲਾਂ ਸਿੱਖ ਰਾਜ ਕਾਇਮ ਹੋਇਆ। ਸਿੱਖਾਂ ਦੇ ਰਾਜ ਦਾ ਝੰਡਾ ਇਸ ਧਰਤੀ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਝੁਲਾਇਆ। ਤੇ ਅੱਜ ਇੱਕ ਸ਼ਾਇਰ ਕਹਿੰਦਾ ਸੱਜਣਾ ਤੂੰ ਇਸ ਧਰਤੀ ਤੇ ਆਇਆ, ਵੱਡਿਆਂ ਭਾਗਾਂ ਵਾਲਾ ਜੇ ਨਹੀਂ ਆ ਸਕਦਾ ਨਾ ਤੇ ਉਸ ਧਰਤੀ ਨੂੰ ਦਿਲੋਂ ਭੁੱਲੀ ਨਾ ਜਿੱਥੇ ਕਲਗੀਆਂ ਵਾਲੇ ਦੇ ਲਾਲ ਨੀਹਾਂ ਵਿੱਚ ਖੜੇ ਅੱਜ ਵੀ ਤੈਨੂੰ ਬਾਜਾਂ ਮਾਰਦੇ ਨੇ। ਉਹ ਲਿਖਦਾ ਕੋਮਲ ਕਲੀਆਂ ਕੂਲੀਆਂ ਗਰਦਨਾਂ ਨੂੰ ਬਿੰਨ ਗਿਆ ਤਲਵਾਰ ਦਾ ਕਿੱਲ ਜਿੱਥੇ ਕੋਮਲ ਕਲੀਆਂ ਕੂਲੀਆਂ ਗਰਦਨਾਂ ਨੂੰ ਬਿੰਨ ਗਿਆ ਤਲਵਾਰ ਦਾ ਕਿੱਲ ਜਿੱਥੇ ਸਿੱਧੀ ਸਰੂ ਦੇ ਵਾਂਗ ਲਿਜਾਣ ਦੇ ਲਈ ਕੰਧ ਉਸਾਰੀ ਗਈ ਗੋਡਿਆਂ ਨੂੰ ਛਿੱਲ ਜਿੱਥੇ ਦਾਦੀ ਦਾਨੀ ਨੇ ਪੋਤਰੇ ਦਾਨ ਕੀਤੇ ਆ ਯਾਦਗਾਰ ਅਟਲ ਅਹਿਲ ਜਿੱਥੇ ਸਾਊ ਸੂਰਮੇ ਸਦਾ ਦੀ ਨੀਂਦ ਸੁੱਤੇ ਜ਼ੋਰਾ ਵਰਤੇ ਫਤਿਹ ਸਿੰਘ ਮਿਲ ਜਿੱਥੇ ਲਾਂਬੂ ਸ਼ਰਾ ਦੀ ਭੱਠ ਚੋਂ ਉੱਠ ਰਹੇ ਸੀ ਲਾਲ ਜੀਤੋ ਜੀ ਦੇ ਹੋਏ ਖਿੱਲ ਜਿੱਥੇ ਪੰਛੀ ਪਰਸੋਂ ਉਸ ਧਰਤ ਨੂੰ ਲੱਖ ਵਾਰੀ ਚਿਣਿਆ ਹੋਇਆ ਦਸਮੇਸ਼ ਦਾ ਦਿਲ ਜਿੱਥੇ ਉਹ ਧਰਤੀ ਨੂੰ ਨਮਸਕਾਰ ਕਰ ਉਸ ਧਰਤੀ ਨੂੰ ਵਾਰ ਵਾਰ ਆ ਕੇ ਪ੍ਰਣਾਮ ਕਰ ਜੇ ਇਸ ਧਰਤੀ ਦੇ ਉੱਤੇ ਉਹਨਾਂ ਸ਼ਹੀਦਾਂ ਦਾ ਵਾਸਾ ਹੈ ਇਹ ਸੱਚ ਹੈ ਪਿਆਰਿਓ। ਉਹ ਬਾਬੇ ਉਹ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨ ਵਾਲੀਆਂ ਜਿੰਦਾਂ ਉਹ ਮਾਤਾ ਗੁਜਰ ਕੌਰ ਅੱਜ ਵੀ ਦੋਵਾਂ ਹੱਥਾਂ ਨਾਲ ਦਾਤਾਂ ਦੇ ਕੇ ਇਸ ਸੰਸਾਰ ਦੇ ਵਿੱਚ ਜਿਹੜਾ ਵੀ ਇਸ ਧਰਤੀ ਤੇ ਉੱਤੇ ਆਉਂਦਾ ਨਾ ਉਹਨੂੰ ਦੋਵਾਂ ਹੱਥਾਂ ਨਾਲ ਦਾਤਾਂ ਦੇ ਕੇ ਭਰਪੂਰ ਕਰਕੇ ਝੋਲੀਆਂ ਭਰ ਕੇ ਹੀ ਘੱਲਦੇ ਨੇ, ਕਿਸੇ ਨੂੰ ਖਾਲੀ ਨਹੀਂ ਘੱਲਦੇ, ਦੂਜਿਆਂ ਨੂੰ ਦਾਤਾਂ ਦੇ ਕੇ ਨਿਵਾਜਦੇ ਨੇ। ਇਸ ਦਰਬਾਰ ਦੇ ਵਿੱਚ ਮਨ ਚਿੰਦੀਆਂ ਦੌਲਤਾਂ ਬਰਕਤਾਂ ਮਿਲਦੀਆਂ ਨੇ, ਸਤਿਗੁਰੂ ਦੀਆਂ ਰਹਿਮਤਾਂ ਨੇ, ਇਤਨੀ ਕੋ ਹਾਜ਼ਰੀ ਪ੍ਰਵਾਨ ਕਰੋ। ਆਓ ਇੱਕ ਵਾਰੀ ਸਾਹਿਬਜ਼ਾਦਿਆਂ ਦਾ ਧਿਆਨ ਧਰੋ, ਮਾਤਾ ਜੀ ਦਾ ਧਿਆਨ ਧਰੋ ਤੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰਿਓ ਸਮਾਂ ਕਾਫੀ ਹੋ ਗਿਆ ਪਰ ਮੇਰੇ ਦਿਲ ਦੇ ਵਿੱਚ ਅਸੀਂ ਵੀ ਅਗਾਂਹ ਦਾ ਵੀ ਕੁਛ ਜ਼ਿਕਰ ਕਰਾਂ। ਮੈਂ ਹੋਰ ਅਗਾਂਹ ਸਮਾਂ ਨਹੀਂ ਲੈਣਾ ਚਾਹੁੰਦਾ। ਅੱਛੇ ਅੱਛੇ ਆਲਮ ਫਾਜ਼ਲ ਵਿਦਵਾਨ ਕੀਰਤਨੀਏ ਮਹਾਨ ਵਿਦਵਾਨ ਆਪ ਜੀ ਨੂੰ ਨਿਹਾਲ ਕਰਨ ਲਈ ਇੱਥੇ ਬੈਠੇ ਨੇ, ਪਰ ਇੱਕ ਬੇਨਤੀ ਜ਼ਰੂਰ ਕਰਾਂਗਾ, ਆਪਣੇ ਵਿਰਸੇ ਨਾਲ ਜੁੜੋ। ਸਾਡਾ ਵਿਰਸਾ ਕੀ ਏ? ਗੁਰਬਾਣੀ, ਗੁਰਮਤ ਤੇ ਗੁਰ ਇਤਿਹਾਸ, ਇਹ ਆ ਸਾਡਾ ਵਿਰਸਾ। ਸਾਡਾ ਵਿਰਸਾ ਉਹ ਨਹੀਂ ਜੋ ਟੈਲੀਵਿਜ਼ਨ ਦੇ ਉੱਤੇ ਅੱਜ ਦਿਖਾਇਆ ਜਾ ਰਿਹਾ ਲੱਚਰਤਾ ਸ਼ਰੇਆਮ, ਅੱਧ ਨੰਗੀਆਂ ਕੁੜੀਆਂ ਨੂੰ ਉੱਥੇ ਨਚਾਇਆ ਜਾਂਦਾ ਤੇ ਆਖਿਆ ਜਾ ਰਿਹਾ ਵੀ ਇਹ ਸੱਭਿਆਚਾਰ ਦੀ ਸੇਵਾ ਕਰ ਰਹੇ ਹਾਂ। ਸੱਭਿਆਚਾਰ ਇਹ ਆ
ਓਏ ਸਾਡਾ ਵਿਰਸਾ ਨਹੀਂ ਹੋ ਸਕਦਾ। ਅਸੀਂ ਆ ਬਾਬੇ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਮੁਰੀਦ, ਉਹਨਾਂ ਦੇ ਪਿਆਰਿਓ ਚੱਲੇ ਹੋਏ ਪਾਏ ਹੋਏ ਪੂਰਨਿਆਂ ਉੱਤੇ ਚੱਲਣਾ ਚਾਹੀਦਾ। ਅੱਜ ਕੌਮ ਨੂੰ ਜਣਾ ਖਣਾ ਭੰਗਾਰਦਾ ਫਿਰਦਾ, ਕਈ ਦੇਹਧਾਰੀ ਦੰਭੀ ਪਖੰਡੀ ਦੁਕੀ ਤਕੀ ਜੇ ਜਿਨ੍ਹਾਂ ਦੀ ਔਕਾਤ ਹੀ ਕੋਈ ਨਹੀਂ ਉਹ ਸੱਚੇ ਪਾਤਸ਼ਾਹ ਦੀਆਂ ਨਕਲਾਂ ਲਾਉਣ ਤੇ ਸਾਡੇ ਖੂਨ ਦੇ ਵਿੱਚ ਕਦੇ ਉਬਾਲਾ ਹੀ ਨਾ ਆਵੇ। ਇੰਨੇ ਸੌਂ ਗਏ ਅਸੀਂ, ਜਣਾ ਖਣਾ ਸਾਨੂੰ ਮੋਢਾ ਮਾਰ ਕੇ ਲੰਘ ਜਾਏ। ਯਾਦ ਰੱਖਿਓ, ਜਿਉਂਦੀਆਂ ਜਾਗਦੀਆਂ ਕੌਮਾਂ ਕਦੇ ਤਰਕ ਨਹੀਂ ਸਹਾਰਦੀਆਂ, ਕਿਸੇ ਦੀ ਮਿਹਣਾ ਨਹੀਂ ਝੱਲਦੀਆਂ ਕਦੇ, ਉਹ ਮੁੱਲ ਮੋੜਦਿਆਂ ਕਰਦੇ ਨੇ। ਜੇ ਕੋਈ ਕੌਮ ਦੇ ਨਾਲ ਵਾਧੀ ਕਰਦਾ, ਸਾਡਾ ਫਰਜ਼ ਬਣਦਾ ਉਸ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਮਾਰੀਏ ਤੇ ਉਹਨੇ ਗੱਲ ਕਹੀਏ ਵੀ ਆਪਣਾ ਮੂੰਹ ਜਰਾ ਬੰਦ ਹੀ ਰੱਖ, ਜੇ ਤੂੰ ਚੰਗਾ ਨਹੀਂ ਕਹਿ ਸਕਦਾ ਤੇ ਬੁਰਾ ਵੀ ਨਾ ਆਖ। ਅਸੀਂ ਕਲਗੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਜਿਹਨੇ ਆਪਣੇ ਪੁੱਤਰ ਵਾਰ ਕੇ ਸਾਨੂੰ ਪੁੱਤਰ ਬਣਾਇਆ। ਕਲਗੀਆਂ ਵਾਲੇ ਨੇ ਬੜਾ ਵੱਡਾ ਉੱਚਾ ਰੁਤਬਾ, ਸੰਸਾਰ ਦੇ ਵਿੱਚ ਇਹ ਤੋਂ ਵੱਡਾ ਰੁਤਬਾ ਦਿੱਤਾ ਹੀ ਨਹੀਂ ਜਾ ਸਕਦਾ ਜਿਹੜਾ ਤੁਹਾਨੂੰ ਦੇ ਕੇ ਨਿਵਾਜਿਆ। ਪਰਮਾਤਮਾ ਦੇ ਪੁੱਤਰ ਬਣ ਕੇ ਆਇਆ ਤੇ ਸਾਨੂੰ ਆਪਣੇ ਪੁੱਤਰ ਬਣਾਇਆ, ਤੇ ਜਿਹੋ ਜਿਹਾ ਬਣਾਇਆ ਨਾ ਉਹੋ ਜਿਹਾ ਬਣੀਏ। ਤੇ ਅੱਜ ਤੇ ਜਣਾ ਖਣਾ ਕਹੀ ਜਾਂਦਾ ਮੈਂ ਵੀ ਪੁੱਤਰ ਆ, ਮੈਂ ਵੀ ਪੁੱਤਰ ਆ। ਮਹਾਰਾਜ ਦੀ ਗੱਲ ਪਿਓ ਦੀ ਮੰਨਣੀ ਹੈ ਨੀ ਕੋਈ, ਮੱਥਾ ਟੇਕੀ ਜਾਣਾ, ਗੁਰੂ ਮਹਾਰਾਜ ਤੈਨੂੰ ਹੀ ਮੰਨਦੇ ਆ, ਪਰ ਤੇਰੀ ਗੱਲ ਕੋਈ ਨੀ ਮੰਨਣੀ। ਉਦਾਂ ਬਾਪੂ ਬਾਪੂ ਜਿੰਨਾ ਮਰਜ਼ੀ ਕੋਈ ਕਿਸੇ ਨੂੰ ਕਹੀ ਜਾਵੇ, ਜੇ ਬਾਪੂ ਦੀ ਕੋਈ ਗੱਲ ਨਹੀਂ ਮੰਨਦਾ ਤਾਂ ਬਾਪੂ ਦੀ ਖੁਸ਼ੀ ਨਹੀਂ ਮਿਲਦੀ। ਜੇ ਖੁਸ਼ੀਆਂ ਲੈਣੀਆਂ ਨਾ ਫੇ ਉਹੋ ਜਿਹੇ ਬਣੋ ਜਿਹੋ ਜਿਹੇ ਮਰਦ ਨੇ ਬਣਾਇਆ। ਨਸ਼ਿਆਂ ਤੋਂ ਬਚੋ, ਇਹ ਪਵਿੱਤਰ ਧਰਤੀ ਹੈ। ਜੇ ਇਸ ਧਰਤੀ ਦੇ ਉੱਤੇ ਤੁਸੀਂ ਬੈਠੇ ਹੋ, ਇੱਥੇ ਪਿਆਰਿਓ ਮਣਾ ਮੋਹੀ ਸਿੰਘਾਂ ਦਾ ਵੀ ਲਹੂ ਡੁੱਲਿਆ, ਐਵੇਂ ਨਹੀਂ ਸਰਹੰਦ ਦੀ ਇੱਟ ਨਾਲ ਇੱਟ ਖੜਕ ਗਈ। ਬੜੀਆਂ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ। ਉਹ ਤੁਹਾਨੂੰ ਵਾਸਤਾ ਹੈ ਬਾਬਾ ਜ਼ੋਰਾਵਰ ਸਿੰਘ ਦਾ, ਵਾਸਤਾ ਹੈ ਬਾਬਾ ਫਤਿਹ ਸਿੰਘ ਸਾਹਿਬ ਦਾ, ਜਿਹੜੇ ਅੱਜ ਵੀ ਇਹ ਗੱਲ ਕਹਿੰਦੇ ਨੇ ਸਿੱਖਾ ਸਾਡੇ ਵੱਲ ਹੀ ਵੇਖਣਾ ਵੀ ਅਸੀਂ ਨਿੱਕੇ ਨਿੱਕੇ ਸਿਦਕੋ ਨਹੀਂ ਹਾਰੇ, ਤੂੰ ਆਪਣੇ ਆਪ ਹੀ ਰੋਮਾਂ ਦੀ ਬੇਅਦਬੀ ਕਰੀ ਜਾਂਦਾ, ਨਸ਼ਿਆਂ ਵਿੱਚ ਗਲਤਾਨ ਹੋ ਗਿਆ, ਤੇ ਤੂੰ ਵੀ ਗੁਰੂ ਕਾ ਪੁੱਤਰ ਤੇ ਅਸੀਂ ਵੀ ਗੁਰੂ ਕੇ ਪੁੱਤਰ, ਫਰਕ ਕੀ ਹੋਇਆ ਹੋਏ? ਏਦਾਂ ਨਹੀਂ ਬਣਿਆ ਜਾਣਾ, ਉਹਨਾਂ ਦੇ ਪੁੱਤਰਾਂ ਵਰਗੇ ਤੇ ਅਸੀਂ ਬਣ ਨਹੀਂ ਸਕਦੇ, ਉਹਨਾਂ ਦੇ ਚਰਨਾਂ ਦੀ ਧੂੜੀ ਬਣ ਗਏ ਨਾ ਸਾਡਾ ਬੇੜਾ ਭਵਜਲ ਤੋਂ ਪਾਰ ਹੋ ਜਾਣਾ। ਸਾਹਿਬਜ਼ਾਦਿਆਂ ਦੀ ਜਦੋਂ ਸ਼ਹੀਦੀ ਦੀ ਖਬਰ ਨੂਰੇ ਨੇ ਜਾ ਕੇ ਮਰਜ ਨੂੰ ਦੱਸੀ ਨਾ, ਪਹਿਲਾਂ ਤਾਂ ਉਹਦੇ ਕੋਲ ਦੱਸਿਆ ਹੀ ਨਹੀਂ ਸੀ ਜਾ ਰਿਹਾ, ਭੁੱਬਾਂ ਹੁਬ ਕੀ ਰੋਈ ਜਾ ਰਿਹਾ ਸੀ। ਮਰ ਕਹਿੰਦੇ ਨੂਰਿਆ ਰੋਣਾ ਦੱਸ ਮੇਰੇ ਲਾਲਾਂ ਦਾ ਕੀ ਹਾਲ ਏ। ਨੂਰੇ ਦੀ ਧਾਹ ਨਿਕਲ ਗਈ। ਸਤਿਗੁਰੂ ਕਹਿੰਦੇ ਜ਼ੋਰਾਵਰ ਸਿੰਘ ਫਤਿਹ ਸਿੰਘ ਉਹਨਾਂ ਦੀ ਕੋਈ ਗੱਲ ਸੁਣਾ ਦੇ, ਕਿਵੇਂ ਗੁਜ਼ਰ ਗਈ ਮਾਤਾ ਗੁਜ਼ਰੀ ਏ, ਵੀ ਮੇਰੀ ਕੰਨੀ ਪਾ ਦੇ, ਮੇਰੀ ਮਾਂ ਨਾਲ ਕੀ ਹੋਇਆ ਦੱਸ ਦੇ ਦੇ। ਉਹਦੇ ਕੋਲੋਂ ਸ਼ਹੀਦ ਹੀ ਨਿਕਲਿਆ ਮੂੰਹ ਚੋਂ, ਹੋਰ ਕੁਝ ਨਹੀਂ ਨਿਕਲਿਆ। ਮਹਾਰਾਜ ਕਹਿੰਦੇ ਸ਼ਹੀਦ ਹੋ ਗਏ ਹੋ? ਕਹਿਣ ਲੱਗਾ ਹਾਂ ਮਹਾਰਾਜ। ਮਹਾਰਾਜ ਕਹਿੰਦੇ ਫਿਰ ਰੋ ਨਾ, ਓਏ ਉਹਨਾਂ ਨਿੱਕੇ ਢੋਲ ਸਿਪਾਹੀਆਂ ਨੇ ਮੇਰੀ ਰੱਖ ਲਈ, ਮੇਰੀ ਰੱਖ ਲਈ। ਜੇ ਕਿਤੇ ਡੋਲ ਜਾਂਦੇ ਲੋਕਾਂ ਨੇ ਕਹਿਣਾ ਸੀ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਡੋਲ ਗਏ। ਉਹਨਾਂ ਨਿੱਕੇ ਢੋਲ ਸਿਪਾਹੀਆਂ ਨੇ ਮੇਰੀ ਰੱਖ ਲਈ ਸਰਦਾਰੀ ਏ, ਪਰ ਉਹਨਾਂ ਬੱਚਿਆਂ ਨਾਲੋਂ ਸੱਚ ਸਮਝੀ ਆ ਸਿੱਖੀ ਮੈਨੂੰ ਪਿਆਰੀ ਏ। ਸਿੱਖੀ ਨੂੰ ਪਿਆਰ ਕੀਤਾ ਤੇ ਗੁਰੂ ਕੇ ਸਿੰਘ ਸਿੰਘਣੀਆਂ ਸਜੋ, ਜਿਹੋ ਜਿਹੇ ਮਰਜ ਨੇ ਬਣਾਇਆ ਉਹੋ ਜਿਹੇ ਬਣੋ। ਨੌਜਵਾਨਾਂ ਦਾ ਬਹੁਤਾ ਹੀ ਧੰਨਵਾਦ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਉਲੀਕਿਆ।
ਇਹਨਾਂ ਦਾ ਬੜੀ ਵੱਡੀ ਦੇਣ ਹੈ। ਨਹੀਂ ਤੇ ਨੌਜਵਾਨ ਤੇ ਬਹੁਤਾ ਵੇਖਿਆ ਪੰਜਾਬ ਦੇ ਵਿੱਚ, ਹੁਣ ਮੋੜ ਪਿਆ। ਸਾਡੇ ਪ੍ਰੋਗਰਾਮ ਜਿੰਨੇ ਕੁ ਹੁੰਦੇ ਨੌਜਵਾਨ ਹੀ ਕਰਵਾਉਂਦੇ ਨੇ, ਮਹਾਰਾਜ ਦੀ ਕਿਰਪਾ ਸਤਿਗੁਰੂ ਦੀ ਰਹਿਮਤ ਬਖਸ਼ਿਸ਼ਾਂ ਨੇ, ਪਰ ਬਹੁਤਾ ਪੰਜਾਬ ਦੇ ਵਿੱਚ ਉਹ ਦੂਸਰੇ ਪਾਸੇ ਨੂੰ ਗੰਦ ਮੰਦ ਵੱਲ ਨੂੰ ਦੁਨੀਆ ਤੁਰੀ ਫਿਰਦੀ ਹੈ। ਯਤਨ ਕਰੀਏ, ਕਿਉਂਕਿ ਸਮਾਂ ਬੜਾ ਲੰਬਾ ਪੈ ਗਿਆ ਨਾ, ਤੇ ਉਸ ਪਾਸੇ ਦਾ ਪ੍ਰਚਾਰ ਬੜਾ ਹੋ ਗਿਆ। ਅੱਜ ਯਤਨ ਕਰੀਏ, ਉਹ ਜਿਹੜੇ ਸਾਡੇ ਵੀਰ ਭਟਕ ਗਏ ਨੇ ਉਹਨਾਂ ਦਾ ਕਸੂਰ ਨਹੀਂ, ਕਿਉਂਕਿ ਅਸੀਂ ਘਰਦੇ ਵੀ ਉਹਨਾਂ ਨੂੰ ਕੁਝ ਨਹੀਂ ਦੱਸ ਸਕੇ ਵੀ ਸਾਡਾ ਵਿਰਸਾ ਕੀ ਹੈ। ਘਰਦਿਆਂ ਨੂੰ ਆਪ ਨੂੰ ਨਹੀਂ ਪਤਾ, ਦੱਸੂਗਾ ਕੋਈ ਕੀ? ਓਏ ਉਹਨਾਂ ਨੂੰ ਸਾਹਿਬਜ਼ਾਦਿਆਂ ਦਾ ਵਾਸਤਾ ਪਾਓ, ਉਹਨਾਂ ਨੂੰ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾਓ। ਆਪਣੇ ਆਪ ਆਪਣੇ ਘਰ ਮੁੜ ਆਉਣਗੇ ਇਹ ਨੌਜਵਾਨ ਵੀਰ, ਜਿਹਨਾਂ ਸਾਰਿਆਂ ਨੇ ਉਪਰਾਲਾ ਕੀਤਾ ਉਹਨਾਂ ਸਾਰਿਆਂ ਦਾ ਬਹੁਤਾ ਬਹੁਤਾ ਧੰਨਵਾਦ। ਸਿੰਘ ਸਾਹਿਬ ਜੀ ਅਤੇ ਮਹਾਨ ਵਿਦਵਾਨ ਜਨ ਆਪ ਜੀ ਦੇ ਸਾਹਮਣੇ ਆ ਰਹੇ ਨੇ, ਆਪ ਜੀ ਨੇ ਦਰਸ਼ਨ ਦੀਦਾਰੇ ਕਰਨੇ, ਸਾਨੂੰ ਇੱਥੇ ਖੁਸ਼ੇ ਬਖਸ਼ ਦੇਣੇ। ਕੱਲ੍ਹ ਨੂੰ ਫਿਰ ਤਿੰਨ ਜਗ੍ਹਾ ਹਾਜ਼ਰੀਆਂ ਭਰਨੀਆਂ। ਆਪ ਜੀ ਦੀ ਬੜੀ ਰਹਿਮਤ ਹੈ, ਬਖਸ਼ਿਸ਼ ਹੈ, ਬੜਾ ਪਿਆਰ ਮਿਲਦਾ। ਅੱਜ ਵੀ ਦਿਨੇ ਜੋ ਸਾਡੇ ਭਰਾ ਦਿੱਲੀ ਤੋਂ ਉਜਾੜ ਦਿੱਤੇ ਗਏ, ਲੁਧਿਆਣੇ ਵਿਖੇ ਬੜਾ ਵੱਡਾ ਸਮਾਗਮ ਸੀ, ਉਹ ਸਾਰੇ ਇਕੱਠੇ ਹੋ ਕੇ, ਉਹ ਤੇ ਦੰਗਾ ਪੀੜ ਤੇ ਕਹਿੰਦੇ ਸੀ, ਦੰਗਾ ਤੇ ਕਿਹਾ ਹੀ ਨਹੀਂ ਜਾ ਸਕਦਾ, ਦੰਗਾ ਤੇ ਉਹ ਹੁੰਦਾ ਉਧਰੋਂ ਉਹ ਮਾਰੇ ਤੇ ਉਧਰੋਂ ਉਹ ਮਾਰੇ। ਇਹ ਤੇ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਤੇ ਜਿਹੜੇ ਵਿਚਾਰੇ ਉੱਥੋਂ ਪਹਿਲਾਂ ਸੰਤਾਲੀ 'ਚ ਉੱਜੜੇ ਤੇ ਫਿਰ ਦਿੱਲੀਓਂ ਉੱਜੜੇ, ਇਹ ਦਿੱਲੀ ਉਜਾੜਦੀ ਰਹੀ, ਮੁੜ ਤੋਂ ਹੀ ਸਾਨੂੰ ਸਾੜਦੀ ਰਹੀ, ਕਦੇ ਸਤੀ ਦਾ ਸਾੜ ਦਿੱਤਾ, ਉਹ ਕਦੇ 84 ਵਿੱਚ ਗਲਾਂ ਵਿੱਚ ਟਾਇਰ ਪਾ ਕੇ ਸਿੱਖਾਂ ਨੂੰ ਜਿਉਂਦਿਆਂ ਨੂੰ ਸਾੜ ਦਿੱਤਾ ਅੱਗ ਲਾ ਕੇ, ਪਰ ਅਸੀਂ ਇਹਦੇ ਲਈ ਇਹ ਸਾੜਦੀ ਰਹੀ, ਸਾਨੂੰ ਮਾਰਦੀ ਰਹੀ, ਪਰ ਸਿੱਖ ਕੌਮ ਫਿਰ ਵੀ ਇਹਦੇ ਲਈ ਜਾਨਾਂ ਵਾਰਦੀ ਰਹੀ, ਅਸੀਂ ਫਿਰ ਵੀ ਇਹਦੇ ਲਈ ਕੁਰਬਾਨੀਆਂ ਹੀ ਕਰਦੇ ਰਹੇ। ਆ ਦੇਸ਼ ਐਵੇਂ ਨਹੀਂ ਆਜ਼ਾਦ ਹੋਇਆ, ਇਹ ਇੰਨੀਆਂ ਕੁਰਬਾਨੀਆਂ ਨੇ ਗੁਰੂ ਕੇ ਸਿੱਖਾਂ ਦੀਆਂ, ਕੋਈ ਤਾਰੇ ਗਿਣ ਸਕਦਾ ਪਰ ਸਾਡੀਆਂ ਕੁਰਬਾਨੀਆਂ ਨਹੀਂ ਗਿਣ ਸਕਦਾ। ਉੱਥੇ ਹਾਜ਼ਰੀ ਭਰ ਕੇ ਆ ਰਹੇ ਹਾਂ, ਆਪ ਜੀ ਨੇ ਇੱਥੇ ਵੀ ਹਾਜ਼ਰੀ ਸਾਡੀ ਪ੍ਰਵਾਨ ਕਰ ਲੈਣੀ, ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਨਾਚ ਤਾਰ ਰਹੀਆਂ। ਆਪ ਜੀ ਦਾ ਖਾਦਮ ਜਥਾ ਜਦੋਂ ਵੀ ਹੁਕਮ ਕਰੋਗੇ ਹਾਜ਼ਰ ਹੋਵਾਂਗੇ। ਆਓ ਸਾਰਿਆਂ ਦੀ ਤੁਹਾਡੀ ਚੜ੍ਹਦੀ ਕਲਾ ਲਈ ਇੱਕ ਚੜ੍ਹਦੀ ਕਲਾ ਦਾ ਜਕਾਰਾ ਬੁਲਾ ਕੇ ਸਮਾਪਤੀ ਕਰੀਏ ਜੀ। ਜਕਾਰਾ ਬੁਲਾਵੇ ਨਿਹਾਲ ਹੋ ਜਾਵੇ, ਫਤਿਹ ਪਾਵੇ ਬਾਬਾ ਜ਼ੋਰਾਵਰ ਸਿੰਘ, ਫਤਿਹ ਸਿੰਘ ਦੇ ਚਰਨਾਂ ਨੂੰ ਪਾਵੇ। ਸਤਿ ਸ੍ਰੀ ਅਕਾਲ ਬਾਜਾਂ ਫੌਜਾਂ ਵਾਲਿਓ, ਸੱਚਿਆ ਸਤਿਗੁਰਾ ਰੱਖ ਲਿਓ ਬਿਰਦ ਮਾਣੇ ਦੀ ਲਾਜ, ਬਾਜਾਂ ਫੌਜਾਂ ਦਿਓ ਮਾਲਕੋ ਸ਼ਹੀਦੋ ਸਿੰਘੋ ਸਰਬੱਤ ਸਿੰਘ ਸਾਹਿਬ ਜੀ ਕੋ। ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਊਂਡ ਵਾਲੇ ਤੇ ਵੀਡੀਓ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਸਤਿਕਾਰ ਸਹਿਤ ਸਰਵਣ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।